ਸੁਖਪਾਲ ਸਿੰਘ ਖਹਿਰਾ ਵੱਲੋਂ ਅੱਜ ਆਪਣੀ ਇੱਕ ਨਵੀਂ ਪਾਰਟੀ ਪੰਜਾਬੀ ਏਕਤਾ ਪਾਰਟੀ ਦਾ ਔਪਚਾਰਿਕ ਐਲਾਨ ਕਰ ਦਿੱਤਾ ਗਿਆ ਹੈ ਤੇ ਉਹਨਾਂ ਨੂੰ ਐਡਹੌਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸਾਡੇ ਨਾਲ ਹੈਗੇ ਆ ਵਿਧਾਇਕ ਨਾਜਾ ਸਿੰਘ ਮਾਨਸ਼ਾਹੀਆ ਜਿਹੜੇ ਕਿ ਸੁਖਪਾਲ ਸਿੰਘ ਖਹਿਰਾ ਸਮਰਥਕ ਮੰਨੇ ਜਾਂਦੇ ਨੇ। ਇਹਨਾਂ ਨਾਲ ਗੱਲ ਕਰਦੇ ਆ ਮਾਨਸ਼ਾਹੀਆ ਸਾਹਿਬ, ਅੱਜ ਨਵੀਂ ਪਾਰਟੀ ਦਾ ਐਲਾਨ ਹੋਇਆ, ਕੀ ਭਵਿੱਖ ਤੁਸੀਂ ਵੇਖਦੇ ਹੋ? ਕਿਉਂਕਿ ਪਹਿਲਾਂ ਵੀ ਪੰਜਾਬ 'ਚ ਕਾਫੀ ਨਵੀਂ ਪਾਰਟੀਆਂ ਆਈਆਂ, ਲੇਕਿਨ ਜਿਹੜੀ ਰਵਾਇਤੀ ਪਾਰਟੀਆਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਪਾਈਆਂ। ਹੁਣ ਇਹ ਪੰਜਾਬੀ ਏਕਤਾ ਪਾਰਟੀ ਹੋਣੀ ਚਾਹੀਏ, ਕਿੰਨਾ ਮੁਕਾਬਲਾ ਕਰੇਗੀ, ਕੀ ਭਵਿੱਖ ਤੁਸੀਂ? ਦੇਖੋ, ਇਸ ਤਰ੍ਹਾਂ ਹੁੰਦਾ ਵੀ ਜਿਹੜਾ ਭਵਿੱਖ ਹੁੰਦਾ ਨਾ, ਉਹ ਪਾਸਟ 'ਤੇ ਨਿਰਭਰ ਕਰਦਾ। ਸਾਡਾ ਪਾਸਟ ਕਿਸ ਤਰ੍ਹਾਂ ਦਾ ਰਿਹਾ? ਪਾਸਟ ਤੁਸੀਂ ਦੇਖ ਸਕਦੇ ਹੋ ਵੀ ਖਹਿਰਾ ਸਾਹਿਬ ਬੇਵਾਕ ਲੀਡਰ ਨੇ, ਉਹਨਾਂ ਨੇ ਹਮੇਸ਼ਾ ਕੰਪਰੋਮਾਈਜ਼ ਨਹੀਂ ਕੀਤਾ। ਹਜੇ ਤੱਕ ਬੇਦਾਗ ਲੀਡਰ ਨੇ, ਪੰਜਾਬ ਦੇ ਮੁੱਦੇ ਚੱਕਦੇ ਰਹੇ ਨੇ। ਆਮ ਆਦਮੀ ਪਾਰਟੀ 'ਚ ਵੀ 2 ਸਾਲ ਤੋਂ ਅਸੀਂ ਉਹਨਾਂ ਦੇ ਨਾਲ ਰਹਿ ਕੇ ਉਹਨਾਂ ਦੀ ਕਾਰਜਸ਼ੈਲੀ ਨੂੰ ਦੇਖ ਰਹੇ ਹਾਂ। ਕੋਲੋਂ 1 ਸਾਲ ਸਾਡੇ ਲੀਡਰ ਰਹੇ ਨੇ, LOP ਰਹੇ ਨੇ, ਉਦੋਂ ਵੀ ਅਸੀਂ ਉਹਨਾਂ ਦੀ ਕਾਰਗੁਜ਼ਾਰੀ ਦੇਖੀ ਹੈ, ਅਸੀਂ ਉਹ ਤੋਂ ਸੰਤੁਸ਼ਟ ਹਾਂ। ਜੇ ਉਹ ਪਾਸਟ ਦੇਖੀਏ, ਉਦੋਂ ਭਵਿੱਖ ਸਾਫ਼ ਹੈ ਵੀ ਉਹਨਾਂ ਦੀ ਰਹਿਨਮਾਈ 'ਚ ਪੰਜਾਬ ਕੁਛ ਨਾ ਕੁਛ ਗੇਨ ਕਰੇਗਾ, ਪੰਜਾਬ ਦੇ ਹਾਲਾਤ ਬਦਲਣਗੇ। ਇੱਥੇ ਜਿਹੜੇ ਕਾਰਨਾਂ ਕਰਕੇ ਪੰਜਾਬ ਗਿਰਾਵਟ ਵੱਲ ਗਿਆ ਹੈ, ਉਹ ਗਿਰਾਵਟ ਵਾਲੇ ਕਾਰਨਾਂ ਤੋਂ ਅਸੀਂ ਕੋਈ ਨਜਾਤ ਪਾਵਾਂਗੇ, ਸਾਨੂੰ ਕੋਈ ਬਿਹਤਰ ਆਸ ਦੀ ਕਿਰਨ ਦਿਖ ਰਹੀ ਹੈ। ਪਰ ਮਾਨਸ਼ਾਹੀਆ ਸਾਹਿਬ, ਤੁਹਾਨੂੰ ਜਿਹੜੀ ਸੱਤਾ ਵਿੱਚ ਪਹੁੰਚਾਇਆ ਸੀਗਾ, ਤੁਹਾਨੂੰ MLA ਬਣਾਇਆ, ਇਸ ਕੁਰਸੀ ਤੱਕ ਪਹੁੰਚਾਇਆ ਸੀ, ਉਹ ਜਨਤਾ ਨੇ ਪਹੁੰਚਾਇਆ ਸੀਗਾ, ਅਤੇ ਤੁਸੀਂ ਸਾਰੇ ਆਮ ਆਦਮੀ ਪਾਰਟੀ ਦੀ ਟਿਕਟ ਦੇ ਉੱਤੇ ਚੋਣਾਂ ਲੜੇ ਸੀ ਅਤੇ ਜਿੱਤ ਕੇ ਆਏ ਸੀ। ਹੁਣ ਤੁਸੀਂ ਆਮ ਆਦਮੀ ਪਾਰਟੀ ਤੋਂ ਜਿਹੜੇ ਵੱਖਰੇ ਹੋ ਚੁੱਕੇ ਹੋ, ਤੁਹਾਨੂੰ ਲੱਗਦਾ ਹੈ ਕਿ ਜਨਤਾ ਨਾਲ ਇਹ ਧੋਖਾ ਹੋਇਆ, ਕਿਉਂਕਿ ਜਨਤਾ ਨੇ ਤੁਹਾਨੂੂੰ ਜਿਹੜੀ ਵੋਟ ਦਿੱਤੀ ਸੀ ਉਹ ਆਮ ਆਦਮੀ ਪਾਰਟੀ ਦੇ? ਇਸ ਤਰ੍ਹਾਂ ਕਰੋ ਜੀ, ਜੇ ਤੁਸੀਂ ਜਨਤਾ ਦੀ ਗੱਲ ਕਰਦੇ ਹੋ, ਜਨਤਾ ਦੀ ਗੱਲ ਮੇਰੇ ਹਲਕੇ 'ਚ ਜਾਓ, ਲੋਕਾਂ ਤੋਂ ਪੁੱਛੋ। ਮੈਨੂੰ 71,000 ਵੋਟ ਪਈ ਸੀ, ਉਦੋਂ ਅੱਧੇ ਵੀ ਅੱਜ ਕਹਿ ਦੇਣਾ ਆਪਾਂ ਅਸਤੀਫਾ ਦੇ ਦੇਵਾਂਗੇ। ਤਾਂ ਤੁਸੀਂ ਹੁਣੇ ਵੀ ਆਮ ਆਦਮੀ ਪਾਰਟੀ ਦੇ ਹਿੱਸਾ ਹੋ ਫਿਲਹਾਲ, ਕਿਉਂਕਿ ਤੁਹਾਨੂੰ ਹਾਲੇ ਪਾਰਟੀ ਨੇ ਨਾ ਕੱਢਿਆ ਹੈ ਅਤੇ ਨਾ ਹੀ ਤੁਸੀਂ ਪਾਰਟੀ ਤੋਂ ਕੋਈ ਅਸਤੀਫਾ ਦਿੱਤਾ ਹੈ। ਕੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਮੰਨ ਸਕਦੇ ਹਾਂ ਕਿ ਨਾਜਾ ਸਿੰਘ ਮਾਨਸ਼ਾਹੀਆ ਵੀ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਦੇ ਨਾਲ ਜੁੜਨਗੇ? ਕਿਸੇ ਵੀ ਸੰਭਾਵਨਾ ਤੋਂ ਪੋਲੀਟਿਕਸ ਦੇ ਵਿੱਚ ਇਨਕਾਰ ਨਹੀਂ ਕੀਤਾ ਜਾ ਸਕਦਾ, ਠੀਕ ਹੈ? ਹਰ ਤਰ੍ਹਾਂ ਦੀਆਂ ਸੰਭਾਵਨਾਵਾਂ ਮੌਜੂਦ ਨੇ। ਜੇ ਆਪਣੀ ਸਾਡੀ ਆਮ ਆਦਮੀ ਪਾਰਟੀ, ਜਿਹਨੂੰ ਅਸੀਂ ਆਪਦੀ ਮਾਂ ਪਾਰਟੀ ਕਹਿੰਦੇ ਸੀ, ਮਿਸ਼ਨ ਲੈ ਕੇ ਚੱਲੇ ਸੀ, ਉਹਦੇ ਨਾਲ ਰਲੇ ਸੀ, ਜਿਹਨੇ ਸਾਨੂੰ ਟਿਕਟ ਦਿੱਤੀ, ਅਸੀਂ ਵੀ ਆਪਦੀ, ਜੇ ਸਾਡੇ ਦੇ ਵਿੱਚ ਕੁਝ ਸੀਗਾ, ਪੜ੍ਹਾਈ ਲਿਖਾਈ ਸੀ, ਕੋਈ ਐਕਸਪੀਰੀਅੰਸ ਸੀ, ਸਾਡਾ ਕੋਈ ਆਪਣਾ ਫੇਸ ਸੀਗਾ, ਤਾਂ ਲੋਕਾਂ ਨੇ ਸਾਨੂੰ ਚੁਣਿਆ ਅਤੇ ਅਸੀਂ ਆਮ ਆਦਮੀ ਪਾਰਟੀ ਦੀ ਜਿਹੜੀ ਸੀਟ ਜਿੱਤ ਕੇ ਝੋਲੀ 'ਚ ਪਾਈ ਹੈ। ਅਤੇ ਅੱਜ ਜੇ ਆਮ ਆਦਮੀ ਪਾਰਟੀ ਜਿਹੜੀ ਅੰਨਾ ਹਜ਼ਾਰੇ ਦੀ ਮੂਵਮੈਂਟ 'ਚੋਂ ਨਿਕਲੀ ਹੈ, ਕਾਂਗਰਸ ਦੇ ਅਗੇਂਸਟ ਕਰਪਸ਼ਨ ਦਾ ਮੁੱਦਾ ਚੁੱਕਿਆ ਸੀ ਉਹਨਾਂ ਨੇ, ਉਸ 'ਚੋਂ ਨਿਕਲੀ ਹੋਈ ਪਾਰਟੀ ਅਤੇ ਕਾਂਗਰਸ ਨਾਲ ਹੀ ਹੱਥ ਮਿਲਾਉਣ ਦੀ ਗੱਲ ਕਰ ਰਹੀ ਹੈ, ਤਾਂ ਫਿਰ ਕੋਈ ਵੀ ਸੰਭਾਵਨਾ ਕੱਲ੍ਹ ਨੂੰ ਸਾਡੇ ਲਈ ਵੀ ਹੋ ਸਕਦੀ ਹੈ। ਕਾਂਗਰਸ ਵੱਲੋਂ ਤਾਂ ਸਾਫ਼ ਕਰ ਦਿੱਤਾ ਗਿਆ, ਕੱਲ੍ਹ ਮੁੱਖ ਮੰਤਰੀ ਨੇ ਰਾਹੁਲ ਗਾਂਧੀ ਨਾਲ ਮਿਲ ਕੇ ਸਾਫ਼ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦਾ ਜਿਹੜਾ ਗਠਬੰਧਨ ਹੈ ਉਹ ਪੰਜਾਬ 'ਚ ਨਹੀਂ ਕੀਤਾ ਜਾਏਗਾ। ਨਹੀਂ ਕੀਤਾ ਜਾਏਗਾ, ਵਧੀਆ ਗੱਲ ਹੈ, ਉਦੋਂ ਜਦੋਂ ਆਏਗਾ ਤਾਂ ਆਪਾਂ ਦੇਖ ਲਾਂਗੇ। ਹਜੇ ਜਿਹੜੀਆਂ ਸੰਭਾਵਨਾਵਾਂ ਨੇ ਉਹ ਸਾਰੀਆਂ ਐਗਜ਼ਿਸਟ ਕਰਦੀਆਂ, ਉਹਨਾਂ ਲਈ ਵੀ, ਸਾਡੇ ਲਈ ਵੀ, ਉਹ ਕੁਛ ਵੀ ਹੋ ਸਕਦਾ। ਅਤੇ ਨਾਜਾ ਸਿੰਘ ਮਾਨਸ਼ਾਹੀਆ ਕਦੋਂ ਜੁੜ ਰਹੇ ਹੈ ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ਨਾਲ? ਟਾਈਮ ਵਿਲ ਟੈਲ, ਇਹ ਹਜੇ, ਕਿਉਂਕਿ ਵਿਧਾਨ ਸਭਾ 2022 'ਚ 3 ਸਾਲ ਪਏ ਨੇ, ਲੋਕ ਸਭਾ ਇਲੈਕਸ਼ਨ ਆਉਣੀ ਹੈ, ਹੋਰ ਬੜੇ ਕੁਛ ਚੱਲਣਾ ਹੈ, ਅਤੇ ਟਾਈਮ ਸਾਹਿਬ ਚਾਹੁੰਦੇ ਕਿ ਕੋਈ ਵੀ MLA ਜਿਹੜਾ ਉਹ ਰਿਜ਼ਾਈਨ ਨਾ ਦੇਵੇ, ਉਹ ਕਿਉਂਕਿ ਜਿਹੜੇ 22 ਇਲੈਕਸ਼ਨ ਹੁੰਦੇ ਉਹਦਾ ਖਰਚਾ ਬੜਾ ਹੁੰਦਾ, ਉਸ ਲਈ ਕਹਿੰਦੇ ਕਿ ਕੋਈ ਵੀ, ਉਹ ਵਾਰ ਵਾਰ ਅਪੀਲ ਕਰ ਰਹੇ ਹੈ ਕਿ ਕੋਈ ਵੀ ਜਿਹੜਾ MLA ਜਿਹੜੇ ਉਹਨਾਂ ਨਾਲ ਜੁੜਿਆ ਹੋਇਆ ਉਹ ਰਿਜ਼ਾਈਨ ਨਾ ਦੇਵੇ। ਕਿ ਉਹਨਾਂ ਦੀ ਅਪੀਲ ਵੀ ਹੈ, ਇੱਕ ਨੰਬਰ 2 'ਤੇ ਮੇਰੇ ਲੋਕਾਂ ਨੇ ਜਿਨ੍ਹਾਂ ਨੇ ਮੈਨੂੰ ਫਤਵਾ ਦੇ ਕੇ MLA ਬਣਾਇਆ, ਉਹ ਮੈਨੂੰ ਵਾਰ ਵਾਰ ਕਹਿ ਰਹੇ ਨੇ, ਨਾਜਰ ਸਿੰਘ ਤੁਸੀਂ MLA ਦੀ ਜਿਹੜੀ ਸੀਟ ਨਹੀਂ ਛੱਡਣੀ, ਅਸੀਂ ਇੱਕ ਚੰਗੇ ਬੰਦੇ ਨੂੰ ਇੱਥੇ ਲੈ ਕੇ ਆਏ ਹਾਂ, MLA ਬਣਾਇਆ ਹਲਕੇ ਦਾ, ਜੇ ਤੁਸੀਂ ਛੱਡ ਕੇ ਜਾਓਗੇ, ਕੋਈ ਨਾ ਕੋਈ ਗਲਤ ਬੰਦਾ ਸਰਕਾਰੀ ਧਿਰ ਦੀ ਮਦਦ ਲੈ ਕੇ, ਜਾਂ ਇਹ ਕਹਿ ਲਓ ਸਰਕਾਰ ਵੱਲੋਂ, ਤੁਹਾਨੂੰ ਪਤਾ ਜ਼ਿਮਨੀ ਚੋਣਾਂ ਕਿਵੇਂ ਲੜੀ ਜਾਂਦੀਆਂ, ਉਹ ਆਏਗਾ ਜਿਹੜਾ ਸਾਨੂੰ ਬਰਦਾਸ਼ਤ ਨਹੀਂ ਹੋਏਗਾ, ਇਸ ਕਰਕੇ ਪਲੀਜ਼ ਤੁਸੀਂ ਸੀਟ ਨਾ ਛੱਡਿਓ, ਜੋ ਮਰਜ਼ੀ ਕਰੋ। ਪਰ ਅਗਰ ਆਮ ਆਦਮੀ ਪਾਰਟੀ ਤੁਹਾਡੇ 'ਤੇ ਐਕਸ਼ਨ ਲੈਂਦੀ ਹੈ ਫਿਰ ਕੀ ਕਰੋ? ਫਿਰ ਉਹ ਬੜਾ ਛੋਟਾ ਐਕਸ਼ਨ ਹੋਏਗਾ, ਜਿਸ ਤਰ੍ਹਾਂ ਦਾ ਅਸੀਂ ਮੁੱਦਾ ਲੈ ਕੇ ਚੱਲੇ ਹਾਂ, ਪੰਜਾਬ ਦੇ ਹਿੱਤ ਵਾਸਤੇ ਜੇ ਅਸੀਂ ਖੜੇ ਹਾਂ, ਮੇਰੇ ਲਈ ਛੋਟੀ ਜਿਹੀ ਸਜ਼ਾ ਹੋਏਗੀ, ਕੋਈ ਗੱਲ ਨਹੀਂ, ਭੁਗਤ ਲਾਂਗੇ। ਅਤੇ ਸੁਖਪਾਲ ਸਿੰਘ ਖਹਿਰਾ ਨੂੰ ਜਿਹੜਾ ਉਹਨਾਂ ਨੇ ਫਿਲਹਾਲ ਪਾਰਟੀ ਤੋਂ ਅਸਤੀਫਾ ਦਿੱਤਾ ਹੈ, ਮੁੱਢਲੀ ਜਿਹੜੀ ਸਦਸਤਾ ਹੈ, ਅਗਰ ਪਾਰਟੀ ਚਾਹੇ ਤਾਂ ਉਹਨਾਂ ਨੂੰ ਕਿਸੇ ਵੇਲੇ ਵੀ ਜਿਹੜੀ ਹੈ ਪਾਰਟੀ ਜਿਹੜੀ ਹੈ MLA ਤੋਂ ਵੀ ਹਟਵਾ ਸਕਦੀ ਹੈ, ਕਿਉਂਕਿ ਕਹਿਣਾ ਹੈ ਕਿ ਅਗਰ ਉਹ ਚਿੱਠੀ ਆਮ ਆਦਮੀ ਪਾਰਟੀ ਵੱਲੋਂ ਅਗਰ ਦਿੱਤੀ ਜਾਏ ਤਾਂ ਉਹਨਾਂ ਦੀ MLA ਵੀ ਖਤਮ ਹੋ ਜਾਏਗੀ। ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਐਕਸ਼ਨ ਹੋਣਾ ਚਾਹੀਦਾ, ਨਹੀਂ ਹੋਣਾ? ਇਹ ਤਾਂ ਜੋ ਕਾਨੂੰਨ ਕਹਿੰਦਾ ਉਹਦੇ ਮੁਤਾਬਕ ਹੋਏਗਾ ਹੀ, ਕੋਈ ਇਹ ਮੇਰੇ ਕਹਿਣ ਜਾਂ ਨਾ ਕਹਿਣ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ। ਜੋ ਕਾਨੂੰਨ ਕਹਿੰਦਾ ਹੈ, ਜੋ ਪਾਰਟੀ ਚਾਹੁੰਦੀ ਹੈ ਉਵੇਂ ਹੋਊਗਾ। ਪਹਿਲਾਂ ਵੀ ਤਾਂ ਪਾਰਟੀ ਨੇ LOP ਤੋਂ ਜੇ ਲਾਤਾ, ਕਿਸੇ ਕਾਨੂੰਨ ਤੋਂ ਬਿਨਾਂ, ਕਿਸੇ ਬਿਨਾਂ ਡੈਮੋਕ੍ਰੈਟਿਕ ਸੈਟਅਪ ਜਾਂ ਸਿਸਟਮ ਨੂੰ ਅਪਣਾਏ ਬਿਨਾਂ, ਅਤੇ ਹੁਣ ਤਾਂ ਇੱਕ ਲੀਗਲ ਪ੍ਰੋਸੈਸ ਹੈ, ਉਹਦੇ ਵਿੱਚ ਜੋ ਐਂਟੀ ਡਿਫੈਕਸ਼ਨ ਲਾਅ ਦੇ ਵਿੱਚ ਪ੍ਰੋਵੀਜ਼ਨਸ ਹੈਗੀਆਂ, ਉਹਦੇ ਮੁਤਾਬਕ ਪਾਰਟੀ ਇਜ਼ ਫਰੀ ਟੂ ਟੇਕ ਐਕਸ਼ਨ। ਪਰ ਮਹੀਸ਼ ਸਰ, ਮੇਰਾ ਤੁਹਾਡੇ ਤੋਂ ਆਖਰੀ ਸਵਾਲ ਹੈ, ਜਿਵੇਂ ਮੈਂ ਸ਼ੁਰੂਆਤ 'ਚ ਤੁਹਾਡੇ ਤੋਂ ਪੁੱਛਿਆ ਕਿ ਪਾਰਟੀ ਦਾ ਭਵਿੱਖ, ਮੈਂ ਇੱਕ ਵਾਰ ਫਿਰ ਉਸੇ 'ਤੇ ਆਉਣਾ ਕਿ ਪੰਜਾਬ
कभी भी उन्हें सत्ता का सुख नहीं भोगया, हमेशा पंजाब के लोगों ने उन्होंने दुत्कारिया है। तुहानू लगता है कि पंजाब एकता पार्टी एक नवी रवायत शुरू करेगी, पंजाब दे विच इतिहास में बदलेगी, तुहानू लगता? मैं तुहानू यही दस रहा ना भी किसी चीज़ का भविख पास्ट के आधार पर तय किया जाता है। पास्ट दा जिन्हां लोगों ने पहला पार्टियां बनाईया सी उन्हां दा पास्ट देखो नाल दी नाल, जदों उन्होंने पार्टियां बनाईया सी की सी किधर रहे की कीता उत्थे क्यों नहीं बोले। सुखपाल सिंह खहरा भी तां काफ़ी पार्टी बदल चुके, काफ़ी पार्टियां जा चुके ने, जिहड़ी पार्टी च रहे उत्थे तुसीं दस्सो सुखपाल सिंह खहरा ने कदे कंप्रोमाइज़ किया? हुण 2 साल तो जे आम आदमी पार्टी च एम एल ए ने विधान सभा च बैठे ने, असीं उन्हां नूं नेड़ों देखदे हां, 1 साल एल ओ पी रहे ने। साथी कहिंदे कि उन्हां नूं सिर्फ लालच सीगा एल ओ पी दा, इस लई जदों उन्हां नूं एल ओ पी तों हटाया तां उस तों बाद उन्होंने जिहड़ी बगावत करनी शुरू कर। नहीं नहीं साडी असीं नाल सीगे, उन्होंने तो बगावत की भी चलो एल ओ पी सानू कि हटाया सी, असी भी तो नाल ही की है ना, क्योंकि असी पार्टी को रोस प्रगट किया भी खहरा साहब नूं जे लाउणा सी घट्टो घट्ट उन्होंने कसूर तो दस दे, उन्होंने साढ़े सामने दस दे, हो सकता असी वध तो वध की कर सकते सी। असी यही कहिंदे ना भी यार 2 महीने लई रुक जाओ, आप पंचायती राज इलैक्शन लंघा लो, जस्टिस रणजीत सिंह की रिपोर्ट आई है डिस्कस कर लिए विधानसभा, यही कह सकते सी ना, ये थोड़ा कह सकते भी हाँ जी कसूर करूगा तो पार्टी साडी मन लूगी। असी कोई पैचअप कराउंदे ठीक है, जो सानू बुलाया ही नहीं बिच, डेमोक्रेटिक जो सिस्टम अपनाना चाहिए सी नहीं अपनाया तो उन्होंने गुस्सा होना उन्होंने भी सुभाविक सी, सानू भी सी, इस करके असी उस प्रोटेस्ट के बाहर आए सी, कोई आया नहीं है भी सानू कोई आपदा लालच से। मैंने तो आप एल ओ पी की ऑफर हुई सी, हुण भी 100-100 तरह दी ऑफर आई जांदियां ने, असी कोई ऑफर वास्ते जां कोई किसी लालच वास्ते नहीं पॉलिटिक्स कर रहे, असी पंजाब वास्ते पंजाबियों नूं बचाउण वास्ते उहदे लई इह पॉलिटिक्स च आए हां, कोई साडा आपदा लालच नहीं। अज्ज पार्टी कोई एक्शन लैंदी है जां कोई देयर फ्री टू डू, उन्हों रोकदा कोई? जे अनडेमोक्रेटिक वे नाल ला सकदे आ उन्हां नूं, हुण तां उन्हां कोल लीगल भी इशू हो सकदा, ठीक है कह सकदे भी नाजर सिंह उत्थे मौजूद सी एंटी डिफेक्शन ला दे अंडर, इहनूं पार्टी चों कढ़िया जांदा ते स्पीकर नूं लिख देण भी नाजर सिंह नूं कढ़िया जावे एमएलए शिप तों, फिर आपां देख लांगे। तो मैं इस सज़ा नूं बहुत छोटी सज़ा कंसिडर करूँ भी, कोई खास गल नहीं, छोटिया मोटिया ठोकरा लगदियां रहिंदियां, क्योंकि जिंदगी बड़ी लंबी है, पंजाबियों के मुद्दे बड़े ने, कल्ले कल्ले रिजाइन दोगे अपनी पार्टी अपनी सीट तो मैं क्या दूंगा, मैंने लोगों ने चुने 71,000 लोगों ने वोट पाई है, मैं आप क्यों दूंगा उन्होंने भावनावान का कतल क्यों करूँगा? जो पार्टी कोई एक्शन लेंदी है मेरे किसी काम करने कर ली जाए ठीक है। मेरे को सके नाजर सिंह मनशाही है जिन्होंने सीधे तौर पर क्या है कि जी नवी पार्टी जी है अज का ऐलान किया गया है उस पार्टी के नाल हमेशा खड़े रहेंगे, क्योंकि जिस विचारधारा को लैके सुखपाल सिंह खहरा अगे वधे हमेशा उन्होंने नाल रहेंगे। हालांकि पार्टी अगर इन्होंने उत्ते कोई भी एक्शन लेंदी है तो उस एक्शन झेलने लिए भी पूरी तरीके तैयार है। चंडीगढ़ तो कैमरामैन प्रवीण पांडे के नाल अंकुश महाजन, दैनिक सवेरा टीवी।